ਅਸਲਾਮੁਆਲੇਕਮ ਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੋ ਤੇ ਅੱਜ ਮੈਂ ਤੇ ਮੇਰਾ ਵੀਰ ਵਕਾਸ ਕਾਸ਼ੀ ਮੋਬਾਈਲ ਵਾਲਾ ਅਸੀਂ ਅੱਜ ਜਨਾਬ ਜਾ ਰਹੇ ਆ ਇੱਕ ਬਹੁਤ ਹੀ ਪਿਆਰੇ ਸ਼ਾਇਰ ਆਹਦ ਸ਼ਾਕਰ ਸਾਹਿਬ ਨੂੰ ਮਿਲਣ ਵਾਸਤੇ ਜਿਨ੍ਹਾਂ ਦੀ ਪੋਇਟਰੀ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਵੇਖਿਆ ਸੀ ਤੇ ਅੱਜ ਜਨਾਬ ਜੁਮੇ ਦਾ ਦਿਨ ਹੈ ਤੇ ਅੱਜ ਸਪੈਸ਼ਲ ਉਹਨੇ ਸਰਕਾਰ ਸਾਨੂੰ ਸੱਦਾ ਹੈ ਕਿ ਅੱਗੇ ਮੈਂ ਤੁਹਾਨੂੰ ਮਿਲ ਕੇ ਗਿਆ ਵਾਂ ਤੇ ਅੱਜ ਤੁਸੀਂ ਮੈਨੂੰ ਮਿਲਣ ਵਾਸਤੇ ਆਓ ਮੈਂ ਤੇ ਮੇਰਾ ਵੀਰ ਕਾਸ਼ੀ ਮੋਬਾਈਲ ਵਾਲਾ ਜਨਾਬ ਜਾ ਰਹੇ ਆ ਆਹਦ ਸ਼ਾਕਰ ਸਾਹਿਬ ਨੂੰ ਮਿਲਣ ਵਾਸਤੇ ਤੇ ਅੱਜ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਵੀ ਕਰਵਾਨੇ ਆ ਉਹਨਾਂ ਦੇ ਡੇਰੇ ਤੇ ਔਰ ਨਾਲ ਫਿਰ ਉਹਨਾਂ ਦੀ ਤੁਹਾਨੂੰ ਸ਼ਾਇਰੀ ਵੀ ਸੁਣਾਉਣੇ ਐ ਹੁਣ ਪਤਾ ਕੀਤਾ ਜਨਾਬ ਆਹਦ ਮਾਸਟਰ ਦਾ ਉਹਦੇ ਡੇਰੇ ਤੋਂ ਉਹਨਾਂ ਨੇ ਕਿਹਾ ਜੀ ਉਹ ਇੱਥੇ ਨਹੀਂ ਹੈ ਅਗਲੇ ਡੇਰੇ ਤੇ ਗਿਆ ਹੋਇਆ ਤੇ ਅਸੀਂ ਹੁਣ ਆਹਦ ਮਾਸਟਰ ਦੇ ਮਗਰ ਜਾ ਰਹੇ ਆ ਤੇ ਉਹਦੇ ਕੋਲ ਪਹੁੰਚ ਕੇ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਉਣਾ ਜੀ ਆਹਦ ਮਾਸਟਰ ਦੀ ਔਰ ਨਾਲ ਤੁਹਾਨੂੰ ਉਹਨਾਂ ਦੀ ਸ਼ਾਇਰੀ ਸੁਣਾਉਣੇ ਆ ਤੇ ਇਹ ਮੇਰੇ ਨਾਲ ਨੇ ਜਨਾਬ ਵਕਾਸ ਕਾਸ਼ੀ ਮੋਬਾਈਲ ਵਾਲੇ ਦੇ ਨਾਮ ਤੋਂ ਇਹਦਾ ਵੀ YouTube ਚੈਨਲ ਹੈਗਾ ਤੇ ਸਰ ਦੋਸਤੋ ਤੁਹਾਨੂੰ ਰਿਕਵੈਸਟ ਹੈਗੀ ਆ ਪਾਕਿਸਤਾਨ ਵਾਲੇ ਜਿੰਨੇ ਵੀ ਲਈ ਨੇ ਉਹਨਾਂ ਨੂੰ ਤੇ ਇੰਡੀਆ ਦੇ ਜਿੰਨੇ ਵੀ ਦੋਸਤ ਨੇ ਇਹ ਮੇਰੇ ਵੀਰ ਵਕਾਸ ਕਾਸ਼ੀ ਮੋਬਾਈਲ ਵਾਲਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਬਹੁਤ ਅੱਛੀਆਂ ਤੁਹਾਨੂੰ ਵੀਡੀਓ ਵੇਖਣ ਨੂੰ ਮਿਲਣਗੀਆਂ ਤੇ ਮੈਂ ਤੁਹਾਡੀ ਗੱਲ ਕਰਵਾਉਣਾ ਅੱਜ ਨਾਲ ਵਲੌਗ ਵੀ ਹੋ ਰਿਹਾ ਤੇ ਅੱਜ ਹੁਣ ਨਾਲ ਆਹਦ ਕੋਲ ਜਾ ਰਹੇ ਹਾਂ तो तुम जनाब एस्टम गल करो काशी मोबाइल वाले नाल तो मैं वक्त फ़ोन कर लवान अहद मास्टर नई कितिया यार वेलकम आल एवरी वन कैसे हो सब दो ठीक हो हम बिल्कुल ठीक हैं हम जा रहे हैं अहद के पास तो उसके पास जाने के बाद वीडियो जो बनाएंगे आपको वो दिखा देंगे देखें आपको देख सकते हैं कितना प्यारा मौसम बना हुआ है इधर और हम आपको साथ में वी की शेयर भी करवा रहे हैं जैसे आपको मोहम्मद हुसैन भाई ने बताया कि मेरा यूट्यूब चैनल है काशी मोबाइल वाला चलो तो उसको आप जाके सब्सक्राइब करें इसके आपके अबाउट में मिल जाएगा चैनल आपको और डिस्क्रिप्शन तो में तो भी नाम मैं दे दूँगा तो मिलते हैं इन अभी देखें आज भाई से मिलते हैं जो आपने पहले आग शायरी आग सुनी थी अभी जा रहे हैं अभी काल पे बात हुई है मोहम्मद हसैन भाई की तो वो हम उसके पास जा रहे हैं इन अभी एक या दो मिनट के बाद पहुंच जाएंगे उसके बाद तो उसके तो साथ मुलाकात होगी और शेर व शायरी भी होगी तो भी हम इन्शाला पहुंच इन्शाला चुके हैं भाई ने सरकार खुद सी कि भाई मैं पहले तो मिल के आया तो अज तु तु मेरे को आओ तो असि इस टाइम पहुँच गए जनाब आहद मास्टर के डेरे तीन मुलाकात कराने आहद के नाल और इन शाला शायरी भी थोड़ी उसकी सब दोस्तों का फिर से ਆ ਇਹ ਆਹਦ ਮਾਸਟਰ ਸਾਹਿਬ ਜੀ ਆਹਦ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੋ ਤੇ ਅਸੀਂ ਜਨਾਬ ਦਾ ਹੁਕਮ ਦੀ ਤਮੀਲ ਕਰਦੇ ਆਇਆ ਤੁਸੀਂ ਸਾਨੂੰ ਕਿਹਾ ਸੀ ਕਿ ਮੈਂ ਅੱਗੇ ਦੋ ਵਾਰ ਚਲੋ ਉੱਥੇ ਅੱਗੇ ਚੱਲਦੇ ਆ ਯਾਰ ਤੁਸੀਂ ਜਨਾਬ ਸਾਨੂੰ ਕਿਹਾ ਸੀ ਕਿ ਅੱਗੇ ਮੈਂ ਤੁਹਾਡੇ ਕੋਲ ਦੋ ਵਾਰੀ ਮਿਲ ਕੇ ਆਇਆ ਐਸ ਵਾਰੀ ਤੁਸੀਂ ਮਿਲਣ ਵਾਸਤੇ ਆਓ ਸਰਕਾਰ ਅਸੀਂ ਅਸੀਂ ਮੈਂ ਔਰ ਵਕਾਸ ਕਾਸ਼ਮੀਰ ਵਾਲਾ ਸਰ ਅਸੀਂ ਦੋਨੋਂ ਤੇਰੇ ਕੋਲ ਤੇਰੀ ਖidmat ਵਿੱਚ ਪਹਿਲੇ ਤੇਰੇ ਪਿਛਲੇ ਡੇਰੇ ਤੋਂ ਪਤਾ ਕੀਤਾ ਉਹਨਾਂ ਨੇ ਕਿਹਾ ਜੀ ਇਸ ਡੇਰੇ ਤੇ ਨਹੀਂ ਹੈ ਅਗਲੇ ਡੇਰੇ ਤੇ ਫਿਰ ਤੁਹਾਨੂੰ ਅਸੀਂ ਫੋਨ ਕੀਤਾ ਤੇ ਅਸੀਂ ਜਨਾਬ ਉਹਨਾਂ ਤੁਹਾਡੇ ਡੇਰੇ ਤੇ ਪਹੁੰਚ ਗਏ ਜੀ ਦੋਸਤੋ ਅਸੀਂ ਇਸ ਟਾਈਮ ਆਹਦ ਮਾਸਟਰ ਦੇ ਡੇਰੇ ਤੇ ਪਹੁੰਚ ਗਏ ਆ ਤੇ ਤੂਤਾਂ ਦੀ ਠੜੀ ਠੰਡੀ ਜਹਾਂ ਛਾਂ ਡੋਲਣਾ ਇਹ ਤੂਤ ਨਹੀਂ ਹੈਗੇ ਇਹ ਤਾਂ ਕੋਈ ਹੋਰ ਹੀ ਦਰਖਤ ਆ ਤੇ ਹੁਣ ਸਰ ਇਨਸ਼ਾਅੱਲਾ ਤੁਹਾਨੂੰ ਇਸ ਵੀਡੀਓ ਚ ਬਹੁਤ ਜ਼ਿਆਦਾ ਮਜ਼ਾ ਆਏਗਾ ਇੱਕ ਤਾਂ ਖੇਤ ਨੇ ਆਹਦ ਮਾਸਟਰ ਸਾਹਿਬ ਦੇ ਇੱਥੇ ਅਸੀਂ ਪਹੁੰਚੇ ਉਹਨਾਂ ਨੂੰ ਮਿਲਣ ਵਾਸਤੇ ਠੀਕ ਹੈ ਤੇ ਹੁਣ ਤੁਹਾਨੂੰ ਆਹਦ ਮਾਸਟਰ ਸਾਹਿਬ ਨਾਲ ਗੱਪਸ਼ਾ ਬੁਲਵਾਨੇ ਆ ਔਰ ਉਸ ਤੋਂ ਬਾਅਦ ਇਹਨਾਂ ਦੀ ਪੋਇਟਰੀ ਤੁਹਾਨੂੰ ਸੁਣਾਣੇ ਆ ਤੇ ਸਾਡੇ ਨਾਲ ਜੁੜੇ ਰਹਾ ਜੇ ਤੇ ਜਿਨ੍ਹਾਂ ਨੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਉਹ ਮੇਰੇ YouTube ਚੈਨਲ AS Mirza Poetre ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਹਦ ਮਾਸਟਰ ਸਾਹਿਬ ਦੇ ਨਾਲ ਮੇਰੀਆਂ ਜੜੀਆਂ ਪਿਛਲੀਆਂ ਵੀਡੀਓ ਸਗੀਆਂ ਉਹ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੁਹਾਡੇ ਕਮੈਂਟ ਜਿਨ੍ਹਾਂ ਨੇ ਕੀਤੇ ਉਹਨਾਂ ਦਾ ਬੇਹੱਸ਼ੁਕਰੀਆ ਜਿਨ੍ਹਾਂ ਨੂੰ ਮਜ਼ਾ ਆਇਆ ਅੱਜ ਉਹਨਾਂ ਦੇ ਹੀ ਕਮੈਂਟਸ ਕਰਨ ਤੇ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਫੇਰ ਆਹਦ ਮਾਸਟਰ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਕਰਵਾਓ ਤੇ ਅੱਜ ਜਨਾਬ ਅਸੀਂ ਆ ਗਏ ਆ ਅਹਾਦ ਮਾਸਟਰ ਕੋਲੇ ਮਿਲਣ ਵਾਸਤੇ ਤੇ ਅੱਜ ਤੁਹਾਨੂੰ ਅਹਾਦ ਮਾਸਟਰ ਸਾਹਿਬ ਦੀ ਪੋਇਟਰੀ ਵੀ ਸੁਣਾਉਣੇ ਦੁਬਾਰਾ ਔਰ ਜਿਨ੍ਹਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬੇਹੱਦ ਸ਼ੁਕਰੀਆ ਤੇ ਜਿਹੜੇ ਹਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰ ਸਕੇ ਜਾਂ ਨਹੀਂ ਕੀਤਾ ਔਰ ਜਲਦੀ ਤੋਂ ਜਲਦੀ ਮੇਰੇ ਚੈਨਲ AS ਮਿਰਜ਼ਾ ਪੋਇਟਰੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟਸ ਕਰੋ ਤੇ ਜਿਹੜੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਸਾਨੂੰ ਉਹਨਾਂ ਦੇ ਬਾਰੇ ਦੱਸੋ ਜੀ ਹੁਣ ਗੱਲ ਕਰਵਾਨੇ ਆ ਤੁਹਾਡੀ ਅਹਾਦ ਮਾਸਟਰ ਸਾਹਿਬ ਕੋਲੇ ਜਿਨ੍ਹਾਂ ਨੇ ਜਨਾਬ ਅੱਜ ਟਾਈਮ ਕੱਟ ਕੇ ਸਪੈਸ਼ਲ ਸਾਨੂੰ ਮਿਲਣ ਵਾਸਤੇ ਸੱਦਿਆ ਇਹਨਾਂ ਦੇ ਅਸੀਂ ਬਹੁਤ ਮਸ਼ਕੂਰ ਕਿ ਦੋ ਦਫਾ ਇਹ ਅੱਗੇ ਮੈਨੂੰ ਮਿਲ ਕੇ ਆਏ ਨੇ ਤੇ ਅੱਜ ਇਹਨਾਂ ਦੇ ਇਨਵਾਈਟ ਕਰਨ ਤੇ ਮੈਂ ਤੇ ਮੇਰੇ ਕੈਮਰਾਮੈਨ ਵਕਾਸ ਕਾਸ਼ੀਮ ਮੋਬਾਈਲ ਵਾਲਾ ਜਿਹਨਾਂ ਦਾ YouTube ਚੈਨਲ ਆ ਦੋਨੋਂ ਮਿਲ ਕੇ ਜੀ ਇਹਨਾਂ ਨੂੰ ਅਸੀਂ ਆਇਆ ਮਿਲਣ ਵਾਸਤੇ ਇਹਨਾਂ ਦੇ ਡੇਰੇ ਤੇ ਆਹਦ ਸ਼ਾਕਰ ਬਹੁਤ ਅੱਛੇ ਸ਼ਾਇਰ ਨੇ ਬਹੁਤ ਅੱਛੇ ਮੁਸੰਨਫ ਨੇ ਰਾਈਟਰ ਨੇ ਤੇ ਉਮੀਦ ਕਰਦਾ ਤੁਹਾਨੂੰ ਬਹੁਤ ਮਜ਼ਾ ਆਏਗਾ ਜਿਨ੍ਹਾਂ ਨੇ ਪਹਿਲੇ ਆਹਦ ਮਾਸਟਰ ਸਾਹਿਬ ਨੂੰ ਪੋਇਟਰੀ ਕਰਦੇ ਸੁਣਿਆ ਉਹ ਤਾਂ ਬਖੂਬੀ ਇਹਨਾਂ ਨੂੰ ਜਾਣਦੇ ਨੇ ਤੇ ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਉਹ ਆਹਦ ਮਾਸਟਰ ਸਾਹਿਬ ਦੀ ਪੋਇਟਰੀ ਸੁਣਨਗੇ ਜੀ ਆਹਦ ਮਾਸਟਰ ਸਾਹਿਬ ਐਸੇ ਤੁਹਾਡੇ ਕੋਲੇ ਪਹੁੰਚ ਗਏ ਆ ਤੇ ਮੇਰੇ ਨਾਜ਼ਰੀਨ ਜਿਨ੍ਹਾਂ ਨੇ ਤੁਹਾਨੂੰ ਪਿਛਲੀਆਂ ਵੀਡੀਓ ਚ ਸੁਣਿਆ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਉਹਨਾਂ ਨੇ ਵੀ ਕਿਹਾ ਸੀ ਕਿ ਸਾਨੂੰ ਇੱਕ ਵਾਰ ਆਹਦ ਮਾਸਟਰ ਦੀ ਆਹਦ ਸ਼ਾਕਰ ਸਾਹਿਬ ਦੀ ਪੋਇਟਰੀ ਦੁਬਾਰਾ ਸੁناਈ ਜਾਵੇ ਤੇ ਕੁਝ ਤੁਸੀਂ ਵੀ ਸਾਨੂੰ ਬਾਰ-ਬਾਰ ਫੋਨ ਕਰਦੇ ਪਏ ਸੀ ਕਿ ਮਿਰਜ਼ਾ ਸਾਹਿਬ ਸਾਨੂੰ ਮਿਲ ਕੇ ਜਾਓ ਮੈਨੂੰ ਮਿਲ ਕੇ ਜਾਓ ਮੈਂ ਅੱਗੇ ਦੋ ਵਾਰੀ ਤੁਹਾਨੂੰ ਮਿਲ ਕੇ ਆਇਆ ਤੇ ਹੁਣ ਤੁਸੀਂ ਆਓ ਤੇ ਜਨਾਬ ਅਸੀਂ ਆ ਗਏ ਆ ਅੱਜ ਅਸੀਂ ਤੁਹਾਡੇ ਕੋਲ ਸਾਡੇ ਜਿਹੜੇ ਨਾਜ਼ਰੀਨ ਇੰਡੀਆ ਦੇ ਦੋਸਤ ਵੇਖਣ ਵਾਲੇ ਪਾਕਿਸਤਾਨ ਦੇ ਦੋਸਤ ਸੁਣਨ ਵਾਲੇ ਸਭ ਨੂੰ ਆਪਣੀ ਹਾਲ-ਹਵਾਲਾ ਵੀ ਦੱਸੋ ਤੇ ਸਾਡਾ ਦੱਸੋ ਕਿ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਆ ਕਿੰਨੇ ਦਿਨਾਂ ਤੋਂ ਤੁਸੀਂ ਸਾਨੂੰ ਫੋਨ ਕਰਦੇ ਪਏ ਸੀ ਤੇ ਨਾਲ ਇਹਨਾਂ ਨੂੰ ਆਪਣੀ ਸੋਹਣੀ-ਸੋਹਣੀ ਪੋਇਟਰੀ ਜਿਹੜੀ ਆ ਉਹ ਵੀ ਸੁਣਾਓ ਜੀ ਹੁਣ ਤੁਹਾਡੀ ਗੱਲ ਕਰਵਾਨੇ ਆ ਆਹਦ ਮਾਸਟਰ ਦੇ ਨਾਲ ਅਸਲਾਮੁਅਲੈਕਮ ਵਾਲੇ ਨਾਜ਼ਰੀਨ ਮੈਂ ਤੁਹਾਡਾ ਮਾਸਟਰ ਆਹਦ ਔਰ ਮੇਰੇ ਕੋਲ ਮਿਲਣ ਵਾਸਤੇ ਮੁਹੰਮਦ ਹਸੈਨ ਮਿਰਜ਼ਾ और काश भाई आए ने और मैं नाल दो तीन दफ़ा पहले भी मुलाकात कर चुके हैं और नाल मेरी वीडियोज़ भी बनी और तुसी वेखिया और, और मैं लाइक किया और मैं थोड़ा भी बहुत शुक्र गुजार हाँ तो अज इना भी टाइम लग्या और सू मिलन आए ने और बहुत अच्छे मेरे वीर दोस्त ने बहुत बड़ी मेरी इज्जत करते हैं और मैं इनकी करता हूँ और आप सबका भी बहुत शुक्रगुजार हूँ तो सू लाइकता اور ਸਾਡੇ ਨਵੇਂ 도ੜੇ ਸੁਣਨ ਵਾਸਤੇ ਸਾਨੂੰ ਤੁਸੀਂ ਇਨਵਾਈਟ ਕੀਤਾ ਜੀ ਅੱਜ ਮੈਂ ਇਨਸ਼ਾਅੱਲਾ ਨਵੇਂ 도ੜੇ ਲੈ ਕੇ ਆਇਆ ਹਾਂ ਤੇ ਮੈਂ ਜਨਾਬੁਰ ਨੂੰ ਸੁਣਾਣਾ ਰੋਤ ਨਹੀਂ ਰਹੀ ਮੈਂ ਬੰਦਾ ਤਵਾਂ ਜਿੰਦੇ ਕੱਲ ਤਈ ਬਖਤ ਹੰਡਾਏ ਨਹੀਂ ਵਾਹ ਵਾਹ ਜੀ ਵਾਹ ਉਹ ਰੋਤ ਨਹੀਂ ਰਹੀ ਮੈਂ ਬੰਦਾ ਤਵਾਂ ਜਿੰਦੇ ਕੱਲ ਤਈ ਬਖਤ ਹੰਡਾਏ ਨਹੀਂ ਵਾਹ ਜੀ ਅੱਜ ਗੁਰਬਤ ਵੇਖ ਕੇ ਛੋੜ ਗਏ ਹੌਲੇ ਜ਼ਰਫ ਦੇ ਅਸਰ ਵਿਖਾਏ ਨਹੀਂ ਵਾਹ ਵਾਹ ਤੇ ਅਸੀਂ ਤੇਰੀ ਲੋੜ ਦੇ ਰਹਿ ਜੂ ਨਹੀਂ ਸੰਗੇ ਤਈ ਚਾ ਯਾਰ ਮੁਕਾਏ ਨਹੀਂ ਅਤੇਰੇ ਉਹਨਾਂ ਵੀ ਕਾਲ ਤੱਕ ਹੀ ਨਹੀਂ ਕਟਨੇ ਐਵੇਂ ਮੁਖਤ ਮੁਕਾਲੇ ਚਾਹੀ ਨਹੀਂ ਚਾਹੀ ਨਹੀਂ ਵਾਹ ਜੀ ਵਾਹ ਕੀ ਬਾਤ ਹੈ ਜੀ ਮੈਂ ਮਹਿਕ ਦੇਵਾਂਗਾ ਮੁਹੰਮਦ ਸੈਨ ਮਿਰਜ਼ਾ ਨੂੰ ਜਨਾਬ ਤੁਹਾਨੂੰ ਥੋੜਾ ਸੁਣਾਉਂਦੇ ਨੇ ਔਰ ਬਿਸਮਿਲਲਾ ਜੀ ਜੀ ਆਹਦ ਮਾਸਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਸਾਡੇ ਬੇਲੀ ਨਹੀਂ ਹੁਣ ਤਾਂ ਤੇਰੇ ਬੇਲੀ ਬਣ ਗਏ ਜਦੋਂ ਦੀ ਤੇਰੀਆਂ ਵੀਡੀਓ ਤੇਰੇ ਨਾਲ ਰਿਕਾਰਡਿੰਗਾਂ ਹੋਈਆਂ ਨੇ ਤੇਰੇ ਬਹੁਤ ਸਾਰੇ ਜਿੰਨੇ ਵੀ ਮੇਰੇ ਦੋਸਤ ਸੀ ਉਹਨਾਂ ਨੇ ਬਹੁਤ ਤਾਰੀਫ ਕੀਤੀ ਕਿ ਆਹਦ ਭਾਈ ਬਹੁਤ ਅੱਛਾ ਪੜ੍ਹਦੇ ਨੇ ਜੀ ਤੇ ਇੱਕ ਵਾਰੀ ਫੇਰ ਸ਼ੇਰ ਇੱਕ ਵਾਰੀ ਫੇਰ ਜਨਾਬ ਆਹਦ ਭਾਈ ਦੀ ਦੁਬਾਰਾ ਪੋਇਟਰੀ ਸੁਣਨ ਨੂੰ ਸਾਨੂੰ ਚਾਹੀਦੀ ਹੈ ਤੇ ਇਸ ਵਾਸਤੇ ਭਾਈ ਤੁਹਾਡੇ ਕਹਿਣ ਤੇ ਦੁਬਾਰਾ ਆਹਦ ਮਾਸਟਰ ਸਾਹਿਬ ਕੋਲ ਆਏ ਆ ਤੇ ਆਹਦ ਮਾਸਟਰ ਸਾਹਿਬ ਤੁਹਾਡੀ ਨਜ਼ਰ ਔਰ ਇਹ ਜਿਹੜੇ ਦੋ ਸੁਣਦੇ ਪਏ ਨੇ ਇਹਨਾਂ ਦੀ ਨਜ਼ਰ ਸਪੈਸ਼ਲ ਦੋੜਾ ਤੇ ਲਫ਼ਜ਼ਾਂ ਤੇ ਬੜੀ ਬੜੀ ਤਵੱਜੋ ਕਿ ਇਹ ਜੋ ਸਾਦੀ ਖੇੜੇ ਅਹਦ ਮਾਸਟਰ ਸੁਣ ਕੇ ਜੀ ਜੀ ਕਿ ਇਹ ਜੋ ਸਾਦੀ ਖੇੜੇ ਪਤਾ ਕਦੋਂ ਤੱਕਰਾਵੇ ਹੋ ਸਕਦਾ ਜੱਟ ਤਈ ਹਾਰ ਜਾਵੇ ਵਾਹ ਵਾਹ ਕਾਸ਼ੀ ਸਾਹਿਬ ਕੇ ਇਹ ਜੋ ਸਾਦੀ ਖੇੜੇ ਜੀ ਜੀ ਪਤਾ ਕਦੋਂ ਤੱਕਰਾਵੇ ਹੋ ਸਕਦਾ ਜੱਟ ਤਈ ਹਾਰ ਜਾਵੇ ਤੇ ਬੁੱਤ ਕਫਨ ਦੇ ਵਿੱਚ ਮਲਬੂਸ ਹੋਵੇ ਰੂ ਦੂਰ ਦਾ ਪੈਂਡਾ ਕਰ ਜਾਵੇ ਤੇ ਮੇਰੀ ਮਿਹਨਤ ਮੇਰੀ ਮਿਹਨਤ ਅਹਦ ਨਾ ਭੁੱਲਵੰਜੇ ਆਏ ਅਜਾ ਨਬਜ਼ ਨਿਮਾਣੀ ਠਰ ਜਾਵੇ ਮੇਰਾ ਇੱਕੋ ਇੱਕ ਲੱਗਦਾ ਹੈ ਦੁਨੀਆ ਤੇ ਆਹਦ ਮਾਸਟਰ ਉਹਨੂੰ ਨਾਂ ਦੱਸਿਆ ਮਤਾਂ ਮਰ ਜਾਵੇ ਜੀ ਆਹਦ ਭਾਈ ਸੁਣਾਇਓ ਦੋਸਤਾਂ ਨੂੰ ਦੋੜਾ